ਵਿਰਸਾ ਸਿੰਘ ਵਲਟੋਹਾ ਵੱਲੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਦਿੱਤੀ ਧਮਕੀ ਦੀ ਚਤਰਫਾ ਨਿੰਦਾ ਕੀਤੀ ਜਾ ਰਹੀ ਹੈ। ਹਰ ਸਿਆਸੀ ਧਿਰ ਨੇ ਵਲਟੋਹਾ ਦੇ ਲਹਿਜੇ 'ਤੇ ਸਵਾਲ ਖੜ੍ਹੇ ਕੀਤੇ ਨੇ। ਸੱਚਾਈ ਅਤੇ ਨਿਰਪੱਖਤਾ ਦੇ ਨਾਲ ਸਾਰੀਆਂ ਪਾਰਟੀਆਂ ਦੀ ਰਾਏ ਰੱਖਣ ਵਾਲੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਚੈਨਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੀ ਗਈ ਧਮਕੀ ਦੀ ਚੁਤਰਫਾ ਨਿੰਦਾ ਹੋ ਰਹੀ ਹੈ। ਕਾਂਗਰਸ ਨੇ ਵਲਟੋਹਾ ਦੀ ਧਮਕੀ ਤੇ ਅਕਾਲੀ ਦਲ ਨੂੰ ਘੇਰਿਆ, ਤਾਂ ਉੱਥੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਨੇ ਵੀ ਵਲਟੋਹਾ ਦੀ ਧਮਕੀ ਤੇ ਅਕਾਲੀ ਦਲ ਤੇ ਸਵਾਲ ਚੁੱਕੇ ਨੇ ਅਤੇ ਵਲਟੋਹਾ ਦੀ ਧਮਕੀ ਨੂੰ ਗਿੱਦੜ ਧਮਕੀ ਕਰਾਰ ਦਿੱਤਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵਲਟੋਹਾ ਦੇ ਬਚਾਅ 'ਚ ਉਤਰਿਆ। ਇਹ ਬੰਦੇ ਕੱਲਾ ਇੱਕੋ ਚੈਨਲ ਚਲਾਉਣਾ ਚਾਹੁੰਦੇ ਆ, ਓਪਨ ਚੈਲੇਂਜ ਕਰਦੇ ਨੇ। ਇਹੋ ਜਿਹੇ ਬੰਦਿਆਂ ਦਾ ਪੂਰੇ ਮੀਡੀਆ ਨੂੰ ਇਹਨਾਂ ਦਾ ਬਾਈਕਆਊਟ ਕਰਨਾ ਚਾਹੀਦਾ, ਦੇਸ਼ ਧਰੋਹੀ ਦਾ ਇਹਦੇ 'ਤੇ ਪਰਚਾ ਆਉਣਾ ਚਾਹੀਦਾ, ਦੇਸ਼ ਧਰੋਹ ਦਾ, ਮੀਡੀਆ ਨੂੰ ਚੈਲੇਂਜ ਕਰਨ ਦਾ, ਪੰਜਾਬ ਦੇ ਵਿੱਚ ਇਹਨਾਂ ਅੱਤਵਾਦੀਆਂ ਦਾ, ਇਹਨਾਂ ਧਮਕੀਆਂ ਦੇਣ ਵਾਲਿਆਂ ਦਾ, ਪ੍ਰੈਸ ਦਾ ਮੂੰਹ ਬੰਦ ਕਰਨ ਵਾਲਿਆਂ ਦਾ ਹਸ਼ਰ ਆ ਹੋਏਗਾ। ਅਤੇ ਮੇਰੀ ਆਦਰ ਸਾਹਿਬ ਜੀ ਪੰਜਾਬੀ ਅਤੇ ਪੰਜਾਬ ਦੇ ਸਾਰੇ ਲੋਕਾਂ ਦੇ ਜ਼ਰੀਏ ਬੇਨਤੀ ਹੈ ਵੀ ਇਹ ਗਿੱਦੜ ਧਮਕੀਆਂ ਤੋਂ ਤੇਰੀਆਂ ਤੋਂ ਡਰਨ ਵਾਲੇ ਨਹੀਂ ਗੇ। ਤੇਰੇ ਇਹ ਜੇ ਜਿਹੜੇ ਸ਼ੋਸ਼ੇ ਗਿੱਦੜ ਭਾਵਕੀਆਂ ਉਹਨਾਂ ਤੋਂ ਕੋਈ ਡਰਨ ਵਾਲਾ ਨਹੀਂ ਗਾ। ਮੈਂ ਤਾਂ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਕਿ ਜਿਹੜੇ ਸੈਂਸਿਟਿਵ ਇਸ਼ੂਜ਼ ਆ ਉਹਨਾਂ ਦੇ ਉੱਤੇ ਜੇ ਕਿਸੇ ਨੇ ਬਹਿਸ ਕਰਾਉਣੀ ਵੀ ਹੈ ਤਾਂ ਬੜੀ ਸੰਜੀਦਾ ਤਰੀਕੇ ਦੇ ਨਾਲ ਕਰਾਉਣੀ ਚਾਹੀਦੀ। ਪਰ ਕਿਸੇ ਸੰਸਥਾ ਨੂੰ, ਕਿਸੇ ਧਰਮ ਸਥਾਨ ਨੂੰ, ਕਿਸੇ ਸਿੱਖ ਵੱਡੀ ਜਿਹੜੀ ਹੈ ਸਾਡੇ ਅਕਾਲ ਤਖਤ ਸਾਹਿਬ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਟਾਰਗੇਟ ਕਰਕੇ ਕੰਪੇਨ ਚਲਾਉਣਾ ਕਿਸੇ ਵੀ ਚੈਨਲ ਵਾਸਤੇ ਵਾਜਬ। ਇੱਕ ਨਿਰਪੱਖ ਅਤੇ ਸਿਰਫ ਸੱਚ ਨੂੰ ਵਿਖਾਉਣ ਵਾਲੇ ਨਿਊਜ਼ ਚੈਨਲ ਦੇ ਖਿਲਾਫ ਇੱਕ ਆਗੂ ਵੱਲੋਂ ਇਸ ਤਰ੍ਹਾਂ ਦਾ ਵਿਹਾਰ ਮੀਡੀਆ ਨੂੰ ਲੈ ਕੇ ਉਸਦੀ ਸੋਚ ਸਾਫ਼ ਕਰਦਾ ਹੈ। ਸਿਆਸੀ ਵਿਰੋਧੀ ਵੀ ਮੰਨ ਰਹੇ ਨੇ ਕਿ ਅਕਾਲੀ ਸਰਕਾਰ ਨੇ ਮੀਡੀਆ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਮੀਡੀਆ ਆਜ਼ਾਦ ਹੋਣੀ ਚਾਹੀਦੀ ਹੈ। ਮੈਂ ਰਾਜ ਵਲਟੋਹਾ ਸਾਹਿਬ ਦੀ ਬਹਿਸ ਸੁਣ ਰਿਹਾ ਹਾਂ ਟੀ ਵੀ 'ਤੇ, ਮੈਨੂੰ ਸ਼ਰਮ ਆ ਰਹੀ ਸੀ ਉਹਨਾਂ ਦੇ ਮਾੜੇ ਕੰਮਾਂ ਕਰਕੇ, ਅਤੇ ਅੱਜ ਉਹਨਾਂ ਨੂੰ ਚੈਨਲਾਂ ਦੇ ਉੱਤੇ ਇਹੋ ਜਿਹੀ ਗੱਲ ਕਹਿਣੀ ਪੈ ਰਹੀ ਹੈ ਕਿ ਕਿਉਂਕਿ ਉਹਨਾਂ ਦੀ ਅੱਜ ਅਸਲੀਅਤ ਜੋ ਹੈ ਪਬਲਿਕ ਦੇ ਸਾਹਮਣੇ ਚੈਨਲ ਚੁੱਕ ਰਹੇ ਨੇ, ਅਤੇ ਉਹਨਾਂ ਨੂੰ ਇਹ ਖਤਰਾ ਪੈਦਾ ਹੋ ਗਿਆ ਕਿ ਜਿਸ ਤਰ੍ਹਾਂ ਚੈਨਲ ਸਾਡੇ ਧਾਰਮਿਕ ਸਾਡੀਆਂ ਪੋਲਾਂ ਖੋਲ੍ਹਦੇ ਰਹੇ ਅਤੇ ਸਾਨੂੰ ਲੋਕਾਂ ਨੇ ਅੱਗੋਂ ਬਿਲਕੁਲ ਬਖਸ਼ਿਆ ਨਹੀਂ, ਸਾਨੂੰ ਪੰਜਾਬ ਛੱਡ ਕੇ ਜਾਣਾ ਪਏਗਾ। ਨਾ ਤਾਂ ਨਿੰਦਣਯੋਗ ਡੈਮੋਕ੍ਰੇਸੀ ਦੇ ਚਾਰ ਪਾਵੇ, ਅਤੇ ਸਭ ਤੋਂ ਮੈਂ ਕਹੂੰਗਾ ਮਜ਼ਬੂਤ ਪਿੱਲਰ ਜਿਹੜਾ ਉਹ ਮੀਡੀਆ, ਅਤੇ ਜੇ ਅਸੀਂ ਮੀਡੀਆ ਦੀ ਆਜ਼ਾਦੀ ਨੂੰ ਸਨੱਬ ਕਰਾਂਗੇ, ਦਵਾਵਾਂਗੇ, ਅਤੇ ਫਿਰ ਇਹ ਡੈਮੋਕ੍ਰੇਸੀ ਲਈ ਇੱਕ ਬਹੁਤ ਵੱਡਾ ਖਤਰਾ। ਬਾਦਲ ਪਰਿਵਾਰ ਦੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਆਪਣੇ ਸਿਆਸੀ ਮੁਫਾਦ ਦੇ ਲਈ ਐਸ ਜੀ ਪੀ ਸੀ ਦਾ ਸਿਆਸੀਕਰਨ ਕਰ ਰਿਹਾ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਇਸ ਮੁੱਦੇ 'ਤੇ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੀ ਰਾਏ ਜਾਣੀ। ਵਲਟੋਹਾ ਵੱਲੋਂ ਜੈਡ ਪੀ ਐਚ ਐਚ 'ਤੇ ਇਸ ਤਰ੍ਹਾਂ ਦਾ ਵਿਵਹਾਰ ਕੀਤੇ ਜਾਣਾ ਇਹ ਮੰਨਿਆ ਜਾਵੇ ਕਿ ਅਕਾਲੀ ਆਗੂ ਬਾਦਲ ਪਰਿਵਾਰ 'ਤੇ ਲੱਗ ਰਹੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਦੇ ਸਿਆਸੀਕਰਨ ਦੇ ਇਲਜ਼ਾਮਾਂ ਤੋਂ ਭੱਜ ਰਹੇ ਨੇ। ਕੀ ਸ਼੍ਰੋਮਣੀ ਅਕਾਲੀ ਦਲ ਵਲਟੋਹਾ ਦੇ ਇਸ ਵਿਵਹਾਰ ਦੇ ਲਈ ਵਲਟੋਹਾ ਖਿਲਾਫ਼ ਕੋਈ ਕਾਰਵਾਈ ਕਰੇਗਾ? ਚੰਡੀਗੜ੍ਹ ਤੋਂ ਪੁਨੀਤ ਪ੍ਰਿੰਜਾ ਅਤੇ ਨਿਤਕਾ ਮਹੇਸ਼ਵਰੀ, ਲੁਧਿਆਣਾ ਤੋਂ ਤਪਨ ਮਲਹੋਤਰਾ, ਜ਼ਿਮਿਡ।